ਵਧੀਆ ਪੜ੍ਹਨ ਲਿਖਣ ਤੇ ਅੱਗੇ ਪਹੁੰਚਣ। ਸੋ ਮੈਂ ਚਾਹਾਂਗਾ ਨਜੀਬ ਭੱਟ ਸਾਹਿਬ ਸਾਨੂੰ ਆਪਣੇ ਬਾਰੇ ਥੋੜਾ ਜਿਹਾ ਹੋਰ ਚਾਨਣਾ ਪਾਉਣ, ਆਪਣੇ ਪੋਲੀਟੀਕਲ ਕੈਰੀਅਰ ਬਾਰੇ ਜਾਂ ਸੋਸ਼ਲ ਵਰਕ ਬਾਰੇ। ਭੱਟ ਸਾਹਿਬ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ, ਤੁਸੀਂ ਥੋੜਾ ਜਿਹਾ ਹੋਰ ਚਾਨਣਾ ਪਾਓ ਆਪਣੇ ਬਾਰੇ। ਜੀ ਰਜੀਵ ਸਾਹਿਬ ਬੜਾ ਸ਼ੁਕਰੀਆ, ਤੁਸੀਂ ਮੈਨੂੰ ਅਗੇਨ ਮੌਕਾ ਫਰਾਹਮ ਕੀਤਾ ਆਪਣੇ ਇਸ 94.7 FM ਰੇਡੀਓ ਦੇ ਰਾਹੀਂ ਇਸ ਚੈਨਲ ਪੰਡਾਲ ਤੋਂ। ਜਿਹੜਾ ਮੈਂ ਸਕੂਲ ਟਰਸਟੀ ਦਾ ਇਲੈਕਸ਼ਨ ਲੜ ਰਿਹਾ, ਇਹਦੀ ਕਈ ਵਜੂਹਾਤ ਨੇ। ਦੇਖਿਆ ਗਿਆ ਕਿ ਮੋਰ ਆਰ ਲੈਸ ਐਟਲੀਸਟ 10 ਸਾਲ ਦੇ ਬੱਚੇ ਮੇਰੇ ਇੱਥੇ ਸਕੂਲ ਗਏ, ਤੇ ਆਲਮੋਸਟ ਮੇਰਾ ਖਿਆਲ ਆ ਕੋਈ ਐਸਾ ਦਿਨ ਸੀ ਹੁੰਦਾ ਜਦੋਂ ਮੈਂ ਜਾਂ ਮੇਰੀ ਵਾਈਫ ਅਸੀਂ ਬੱਚਿਆਂ ਨੂੰ ਸਕੂਲ ਛੱਡਣ ਨਾ ਜਾਂਦੇ ਹੋਣ ਜਾਂ ਪਿਕ ਨਾ ਕਰੀਏ। ਡੈਫੀਨੇਟਲੀ ਕਪਲ ਆਫ ਮੰਥ ਐਸਾ ਹੋਇਆ ਕਿ ਸਕੂਲ ਟਰਾਂਸਪੋਰਟੇਸ਼ਨ ਅਸੀਂ ਇਸਤੇਮਾਲ ਕੀਤੀ। ਜਦੋਂ ਸਕੂਲ ਟਰਾਂਸਪੋਰਟੇਸ਼ਨ ਇਸਤੇਮਾਲ ਕੀਤੀ, ਮੇਰਾ ਐਕਸਪੀਰੀਅੰਸ ਰਿਹਾ ਕਿ ਬੱਚੇ ਉੱਥੇ ਪਹੁੰਚ ਗਏ ਨੇ, ਬਰਫ਼ ਚ ਖਲੋਤੇ ਪਏ ਨੇ, ਜਨਾਬ ਕਈ ਦਫ਼ਾ ਬੱਸ ਲੇਟ ਹੋ ਗਈ ਹੈ, ਇੱਕ ਨੂੰ ਪਿਕ ਕੀਤਾ ਲੇਟ ਹੋਈ ਹੈ, ਦੂਜੇ ਨੂੰ ਲੇਟ ਕੀਤਾ, ਫਿਰ ਮੇਰਾ ਖਿਆਲ ਪੂਰੀ ਲਾਈਨ ਆਫ ਐਕਸ਼ਨ ਜਿਹੜੀ ਸੀ ਉਹਦੀ ਲੇਟੀ ਹੋਈ ਹੋਣੀ। ਬੱਚੇ ਆਪਣੀ ਕਲਾਸ ਮਿਸ ਕਰਦੇ ਨੇ, ਕਲਾਸਮੇਟ ਮਿਸ ਕਰਦੇ ਨੇ, ਸਬਕ ਤੋਂ ਬਿਹਾਈਂਡ ਹੋ ਜਾਂਦੇ ਨੇ। ਮੈਂ ਸਮਝਦਾ ਕਿ ਠੀਕ ਹੈ, ਜਿਵੇਂ ਸੀਨੀਅਰ ਸਿਟੀਜ਼ਨ ਨੂੰ ਵੀ ਟੈਕਸੀ ਵਾਸਤੇ ਭੇਜੀ ਜਾਂਦੀ ਹੈ, ਇਹ ਸਾਡਾ ਫਿਊਚਰ ਹੈ, ਸਾਡੇ ਫਿਊਚਰ ਦੇ ਲੀਡਰ ਨੇ। ਮੈਂ ਯਕੀਨਨ ਉੱਥੇ ਇਹ ਚੀਜ਼ ਪ੍ਰਪੋਜ਼ਲ ਕਰਾਂਗਾ। ਜੇ ਬੱਸ ਦਾ ਫਾਲਟ ਹੈਗਾ ਤਾਂ ਜਨਾਬ ਬੱਚੇ ਨੂੰ ਐਮਰਜੈਂਸੀ ਜੋ ਵੀ ਹੈ ਉਹਨੂੰ ਆਪਣਾ ਟੈਕਸੀ ਵਗੈਰਾ ਭੇਜੀ ਜਾਏ ਤਾਂ ਕਿ ਉਹ ਸਕੂਲ ਤੋਂ ਲੇਟ ਨਾ ਹੋਵੇ। ਸਲਾਈਟਲੀ ਦੇਖਿਆ ਗਿਆ ਡਾਊਨ ਦਾ ਰੋਡ ਰਜੇ ਸਾਹਿਬ ਕਿ ਜੀ ਕਲਾਸ ਦਾ ਸਾਈਜ਼ ਵੱਧਦਾ ਹੀ ਗਿਆ, ਪਰ ਹੁਣ ਤੱਕ ਵੱਧਦਾ ਜਾ ਰਿਹਾ, ਰੈਪਿਡਲੀ ਤਾਂ ਨਹੀਂ ਵਧਿਆ। ਕਿਉਂਕਿ ਇਨਰ ਸਿਟੀ ਚ ਤੁਸੀਂ ਦੇਖੋ ਕਿ ਜਿਹੜੇ ਸਕੂਲ ਨੇ ਉੱਥੇ ਨੰਬਰ ਆਫ ਸਟੂਡੈਂਟਸ ਦੀ ਤਾਦਾਦ ਘਟਦੀ ਜਾ ਰਹੀ ਹੈ, ਜਿਵੇਂ ਐਰਨ ਵੁੱਡ ਆਪਾਂ ਉਸ ਪਾਸੇ ਨੂੰ ਇਨਰ ਸਿਟੀ ਉਹ ਲਾ ਕੇ ਕਲਾਉਂਦੇ ਨੇ। ਇਹਦਾ ਜਿਹੜਾ ਮੈਮੋਰੀਅਲ ਧੋਤੀ ਆ, ਖਾਸ ਕਰ ਜਦੋਂ ਅਸੀਂ ਮਕਨੈਟ ਧੋਤੇ ਆ ਗਏ, ਇਹਦੇ ਚ ਚੁੱਕੇ ਡਿਵੈਲਪਿੰਗ ਏਰੀਆ ਨੇ, ਨਵੇਂ ਲੋਕ ਆ ਰਹੇ ਨੇ, ਸਕੂਲਾਂ ਦੀ ਤਾਦਾਦ ਜਿਹੜੀ ਆ ਉਸ ਤਰੀਕੇ ਨਾਲ ਨਹੀਂ ਵਧੀ, ਤਾਲਬ ਇਲਮਾਂ ਦੀ ਤਾਦਾਦ ਬਹੁਤ ਵਧੀ ਹੈ, ਉਹਦੀ ਵਜ੍ਹਾ ਦੇ ਨਾਲ ਸਾਈਜ਼ ਜਿਹੜਾ ਉਹ ਬਿਗ ਹੋ ਗਿਆ। ਮੈਂ ਸਮਝਦਾ ਕਿ ਨਵੇਂ ਸਕੂਲ ਖੁੱਲਣ ਦੀ ਬੜੀ ਇੱਥੇ ਇੱਕ ਜ਼ਰੂਰਤ ਹੈਗੀ ਹੈ। ਕਮ ਸੇ ਕਮ ਜਿਹੜੇ ਕਰੰਟ ਪ੍ਰੋਗਰਾਮ ਜਿਹੜੇ ਵੀ ਚੱਲਦੇ ਪਏ ਨੇ ਸਕੂਲ ਨੂੰ ਬਣਾਉਣ ਦੇ, ਐਡੀਸ਼ਨ 2 ਨਵੇਂ ਸਕੂਲ ਅਤੇ ਹਾਈ ਸਕੂਲ ਡੈਫੀਨੇਟਲੀ ਔਰ ਜੂਨੀਅਰ ਸਕੂਲ ਵੀ ਖੁੱਲ੍ਹਣੇ ਚਾਹੀਦੇ ਨੇ। ਉਹਦੇ ਨਾਲ ਇਹ ਦੇਖਿਆ ਗਿਆ ਕਿ ਜਨਾਬ ਅਗਰ ਦੂਸਰੇ ਜਿਹੜੇ ਇਲਾਕੇ ਨੇ ਸਾਊਥ ਵੈਸਟ, ਨੌਰਥ ਵੈਸਟ, ਸਾਊਥ ਈਸਟ, ਬਿਲਕੁਲ ਠੀਕ ਨੇ, ਉੱਥੇ ਵੀ ਸਾਡੇ ਕੈਨੇਡੀਅਨ ਭੈਣਾਂ ਭਰਾਵਾਂ ਦੇ ਬੱਚੇ ਪੜ੍ਹਦੇ ਨੇ, ਲੇਕਿਨ ਜਿਸ ਹੀ ਓਪਰਚੁਨਿਟੀ ਉਹਨਾਂ ਨੂੰ ਮਿਲਦੀ ਹੈ, ਜਿਸ ਤਰ੍ਹਾਂ ਵੱਡੇ ਵੱਡੇ ਸਕੂਲ ਉਹਨਾਂ ਦੇ ਨੇ, ਜਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਜਾਂਦਾ, ਪੇਰੈਂਟਸ ਜਾਂਦੇ ਨੇ, ਕੋਈ ਪਾਰਕਿੰਗ ਦਾ ਇਸ਼ੂ ਨਹੀਂ ਆਉਂਦਾ, ਈਕੁਅਲ ਓਪਰਚੁਨਿਟੀ, ਐਕਸਟਰਾ ਕਰੀਕੁਲਮ ਦੀ ਜਿਹੜੀ ਹੈਗੀਆਂ ਨੇ ਚੀਜ਼ਾਂ ਉਹਦੇ ਚ ਮਿਲਣੀਆਂ ਚਾਹੀਦੀਆਂ। ਕਰੀਕੁਲਮ ਕਲਾਸਾਂ ਦਾ ਸਾਈਜ਼ ਵੀ ਬੜਾ ਮੁਨਾਸਬ ਹੈ, ਸਕੂਲ ਵੀ ਵੱਡੇ ਨੇ, ਬੱਚੇ ਇੱਕ ਬਿਹਤਰ ਮਾਹੌਲ ਚ ਆਰਾਮ ਨਾਲ ਪੜ੍ਹਦੇ ਨੇ, ਉਸ ਕਿਸਮ ਦੀਆਂ ਓਪਰਚੁਨਿਟੀ ਜਿਹੜੀਆਂ ਸਾਡੇ ਬੱਚਿਆਂ ਨੂੰ ਇੱਧਰ ਵੀ ਮਿਲਣੀਆਂ ਚਾਹੀਦੀਆਂ। ਸੋ ਨਏ ਸਕੂਲ, ਟਰਾਂਸਪੋਰਟ, ਈਕੁਅਲ ਓਪਰਚੁਨਿਟੀ, ਕਲਾਸ ਸਾਈਜ਼, ਇਹਦੇ ਹੀ ਕਾਮਨ ਚੀਜ਼ਾਂ ਨੇ ਜੀ। ਇਹਦੇ ਨਾਲ ਨਾਲ ਡੈਫੀਨੇਟਲੀ ਰਿਲੇਟਡ ਕਈ ਚੀਜ਼ਾਂ ਨੇ, ਬੱਚੇ ਜਿਹੜੇ ਸਕੂਲ ਚੋਂ ਸਪੋਜ਼ ਸਪੈਲ ਹੋ ਜਾਂਦੇ ਨੇ ਜਨਾਬ, ਉਹ ਦੇਖਿਆ ਜਾਵੇ ਜਨਾਬ ਕੀ ਹੋਇਆ, ਤੇ ਅਗਰ ਬੱਚਾ ਕਿਸੇ ਵਜ੍ਹਾ ਤੋਂ ਜ਼ਾਹਰ ਹੁੰਦੇ, ਕੋਈ ਨਾ ਕੋਈ ਅਗਰ ਐਸੀ ਗਲਤੀ ਕੀਤੀ ਹੈ ਤੇ ਪਨਿਸ਼ਮੈਂਟ ਤੇ ਮਿਲਣੀ ਹੈ, ਤੇ ਉਹਦੀ ਰਿਹੈਬਿਲੀਟੇਸ਼ਨ ਲਈ ਕੀ ਕੀਤਾ ਜਾ ਸਕਦਾ, ਉਹਨੂੰ ਵਾਪਸ ਲੈ ਕੇ ਆਇਆ ਜਾਏ, ਉਹਨੂੰ ਦੱਸਿਆ ਜਾਏ ਨਹੀਂ ਯਾਰ ਤੂੰ ਵਾਪਸ ਆ। ਕਿਉਂਕਿ ਮੋਰ ਆਰ ਲੈਸ ਦੇਖਿਆ ਗਿਆ ਅਗਰ ਇੱਕ ਬੱਚਾ ਬਾਸਕਟ ਸਕੂਲ ਤੋਂ ਐਕਸਪੈਲ ਹੁੰਦਾ ਜਾਂ ਵੈਸੇ ਵੀ ਬਾਹਰ ਨਿਕਲ ਜਾਂਦਾ, ਤੇ ਉਹ ਅਗਰ ਬਾਹਰ ਜਾ ਕੇ ਕੰਮ ਵੀ ਕਰੇਗਾ ਤੇ ਮਜ਼ਦੂਰੀ ਤੇ 10 ਤੋਂ ਲੈ ਕੇ ਤੇ $15,000 ਇੱਕ ਸਾਲ ਦਾ ਕਮਾਏਗਾ, ਮੇਰਾ ਖਿਆਲ ਇਸ ਵੱਧ ਉਹਨੇ ਕੀ ਕਮਾਉਣਾ, ਤੇ ਇਤਨੇ ਪੈਸੇ ਹੀ ਤਕਰੀਬਨ ਮੋਰ ਆਰ ਲੈਸ ਸਾਲ ਦੇ ਇੱਕ ਬੱਚੇ ਦੇ ਉੱਤੇ ਕਾਸਟ ਆ ਰਹੀ ਹੈ। ਔਰ ਅਗਰ ਉਹਨੂੰ ਉਹਦੇ ਪੇਰੈਂਟਸ ਨੂੰ ਉਹਨੂੰ ਸਮਝਾਇਆ ਜਾਏ ਯਾਰ ਸਕੂਲ ਜਾਣ ਦੇ ਨਾਲ ਇੰਨੇ ਪੈਸੇ ਤੇ ਅਸੀਂ ਤੈਨੂੰ ਪੇ ਕਰਨੇ, ਤੇਰੀ ਪੜ੍ਹਾਈ ਤੋਂ ਤੇ ਲੱਗਦੇ ਪਏ ਨੇ, ਤੇ ਉਸ ਤੋਂ ਬਾਅਦ ਤੂੰ ਵਧੀਆ ਜਾਬ ਲੈ ਸਕਦਾ ਜਿਹੜਾ $40,000-$50,000 ਤੋਂ ਸਟਾਰਟ ਹੋ ਸਕਦਾ, ਤੇ ਪਲੀਜ਼ ਤੂੰ ਆਪਣੀ ਪੜ੍ਹਾਈ ਵੱਲ ਤੋਂ ਜਾ ਕਰ। ਤਾਂ ਜਿਹੜੇ ਬੱਚੇ ਬਾਸਕਟ ਸਕੂਲ ਤੋਂ ਛੱਡ ਦਿੰਦੇ ਨੇ ਕਿਸੇ ਵਜ੍ਹਾ ਤੋਂ, ਉਹਦੇ ਵੱਲ ਵੀ ਮੈਂ ਕਾਫੀ ਧਿਆਨ ਦੇਵਾਂਗਾ। ਕਾਫੀ ਤੁਸੀਂ ਡਿਟੇਲ ਦੇ ਵਿੱਚ ਦੱਸਿਆ ਵੀ ਕਿਸ ਤਰੀਕੇ ਨਾਲ ਤੁਸੀਂ ਇਸ਼ੂਜ਼ ਨੂੰ ਜਿਹੜੇ ਟੱਚ ਕਰਨ ਜਾ ਰਹੇ, ਕਿਉਂਕਿ ਇਹ ਇਮੀਗ੍ਰੈਂਟ ਏਰੀਆ ਹੈ ਮੋਸਟਲੀ, ਜਿਹੜਾ ਜਿਵੇਂ ਨਵੇਂ ਏਰੀਆ ਡਿਵੈਲਪ ਹੋ ਰਹੇ ਨੇ, ਜ਼ਿਆਦਾਤਰ ਲੋਕ ਜਿਹੜੇ ਇੱਥੇ ਇਮੀਗ੍ਰੈਂਟ ਰਹਿੰਦੇ ਨੇ। ਤੁਸੀਂ ਖੁਦ ਇਮੀਗ੍ਰੈਂਟ ਹੋ ਤੇ ਪਿਛਲੇ ਲੰਬੇ ਸਮੇਂ ਤੋਂ ਕੈਲਗਰੀ ਚ ਰਹਿ ਰਹੇ ਹੋ, ਤੇ ਮੈਨੂੰ ਲੱਗਦਾ ਵੀ ਤੁਸੀਂ ਭਲੀ ਭਾਂਤੀ ਇਹ ਚੀਜ਼ਾਂ ਨੂੰ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਬੱਚਿਆਂ ਦੇ ਜਾਂ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਤੁਸੀਂ ਟੈਕਲ ਕਰਨ ਦੀ ਕੋਸ਼ਿਸ਼ ਕਰੋਗੇ। ਜੀ ਬਿਲਕੁਲ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਕਿ ਮੈਂ ਤੇ ਆਪਣੇ ਅੱਖੀ ਆਪਣੇ ਸਾਹਮਣੇ ਦੇਖਿਆ ਕਿ ਇਹਦਾ ਸਾਈਜ਼ ਵੱਧਦਾ ਗਿਆ, ਔਰ ਜਿਹੜੀ ਇਨਰ ਸਿਟੀ ਹੈ ਉੱਥੇ ਤਾਲਬ ਇਲਮਾਂ ਦੇ ਸਾਈਜ਼ ਇਤਨੇ ਘਟੇ ਨੇ ਕਿ ਈਵਨ ਇਨਰ ਸਿਟੀ ਚ ਕਈ ਸਕੂਲ ਸਟੂਡੈਂਟਸ ਦਾ ਨੰਬਰ ਆਫ ਸਟੂਡੈਂਟਸ ਇਤਨਾ ਘਟਿਆ ਕਿ ਉਹਨਾਂ ਦੇ ਬਾਸ ਕਮਰੇ ਖਾਲੀ ਕਰਾ ਕੇ ਉੱਥੇ ਐਜੂਕੇਸ਼ਨ ਬੋਰਡ ਦੇ ਜਿਹੜੇ ਬੰਦੇ ਨੇ ਉਹਨਾਂ ਦਾ ਦਫ਼ਤਰ ਹੈ, ਔਰ ਉਹਨਾਂ ਦੀ ਬਿਲਡਿੰਗ ਦੇ ਵਿੱਚ ਐਜੂਕੇਸ਼ਨ ਬੋਰਡ ਦੀਆਂ ਗੱਡੀਆਂ, ਵਹੀਕਲਸ ਵਗੈਰਾ, ਰਿਪੇਅਰ, ਮੇਨਟੇਨੈਂਸ ਦੀਆਂ ਉੱਥੇ ਖੜੀਆਂ ਕੀਤੀਆਂ ਜਾਂਦੀਆਂ। ਜਦਕਿ ਜਿਹੜੇ ਇਹ ਉਰਲੇ ਪਾਸੇ ਜਿਹੜੇ ਸਾਡੇ ਸਕੂਲ ਨੇ ਉਹਨਾਂ ਚ ਗੱਡੀ ਖੜੀ ਕਰਨ ਦੀ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜਗ੍ਹਾ ਕੋਈ ਨਹੀਂ ਗੀ। ਇਹਦਾ ਮਤਲਬ ਹੈ ਕਿ ਦੇਖਿਆ ਨੇ ਗਿਆ ਕਿ ਅਗਰ ਮਾਈਗ੍ਰੇਸ਼ਨ ਈਵਨ ਇਨਰ ਸਿਟੀ ਵੀ ਇੱਕ ਜਗ੍ਹਾ ਤੋਂ ਦੂਸਰੀ ਥਾਂ ਹੋ ਰਹੀ ਹੈ, ਤਾਂ ਉਹਦੀ ਜਿਹੜੀ ਜ਼ਰੂਰਤਾਂ ਸਨ ਉਹਦਾ ਖਿਆਲ ਨਹੀਂ ਕੀਤਾ ਗਿਆ, ਤਾਂ ਉਹਦੇ ਵੱਲ ਬਿਲਕੁਲ ਤਵੱਜਾ ਦਿੱਤੀ ਜਾਏਗੀ, ਪੇਰੈਂਟਸ ਨੂੰ ਸੁਣਿਆ ਜਾਏਗਾ, ਪੇਰੈਂਟਸ ਦੇ ਜਿਹੜੇ ਕੰਸਰਨ ਨੇ, ਜਿਹੜੀ ਕਮਿਊਨਿਟੀ ਦੇ ਜਿਹੜੇ ਕੰਸਰਨ ਨੇ, ਉਹ ਐਡਰੈਸ ਕੀਤੇ ਜਾਣਗੇ। ਬਹੁਤ ਵਧੀਆ ਜੀ, ਤੁਸੀਂ ਕਾਫੀ ਵਧੀਆ ਮੁੱਦੇ ਦੇ ਨਾਲ ਤੇ ਵਧੀਆ ਸੋਚ ਦੇ ਨਾਲ ਅੱਗੇ ਵਧੇ।
मैं बस यह गुजारिश करा कि एडवांस वोट जो जारी ने 9, 10, 11, 12, 13 15 16 ते प्लीज नून तो लैके 7 बजे तक टाइम है। प्लीज मैं रिक्वेस्ट कर दा कि एरिया जो सारा फालकन रिज कोरल स्प्रिंग मॉन्ट्री पार्क रंडल टेम्पल विस्ता हार्ट मेलैंड हाइट साउथ व्यू पेनब्रुक रेडिसन जितने अपना व्हाइट हॉर्न कैसल सब जो एरिया ने नॉर्थ ईस्ट ने एबीडेल ए जनाब मेरे एरिया ने प्लीज वार्ड 5 and 5 डन। मैं रिक्वेस्ट करता अपने सारे भैन भरावा सिंह वीर के भी मुसलमान के भी दूसरों के भी मेरे तमाम कैनेडियन जो रिगार्डलैस ऑफ द फैक्ट के हू दे आर वेयर दे केम फ्रॉम आई वुड डेफिनेटली रिक्वेस्ट दैम प्लीज अप्रूव मी गिव मी अथॉरिटी टू एक्ट ऑन योर बिहाफ एंड आई विल डेफिनेटली डू द जॉब विद बेस्ट ऑफ माई एबिलिटी। बहुत वधिया जी बट साहब तुहानू बहुत बहुत गुड लक साडी सब रंग दे अदारे वालों ताकि तुसी जिहड़ा इस चंगे मिशन लैके अगे वधियो ते इस च कामयाबी हासिल करो। थैंक यू वेरी मच तुसी अज साडे नाल शामिल होए। राजेश साहब मैं तुहाडा बहुत मशकूर हाँ कि आपने मुझे मौका फराहम किया और मैंने अपने ख्याल अपने आपके सुनने वालों के साथ शेयर किए। थैंक यू वेरी मच। थैंक यू वेरी मच। सो यह सी जी नजीब भट्ट साहब जी उन्होंने आप गलबात कर रहे थे तो टाइम जिहड़ा आलमोस्ट खत्म हो गया साडे प्रोग्राम का भी आने वाले टाइम च होर किसी न किसी खास शख्सियत गलबात करावांगे तो इनफॉरमेशन जी वास्ते लैके हाजिर होवांगे तो भट्ट साहब नाल भी कोशिश करांगे होर इन्हां दी जिहड़ी वार्तालाप तुहाडे नाल करवाई ਸਬਰੰਗ ਰੇਡੀਓ 94.7 FM।